ਅੱਜ ਦੀ ਵੀਡੀਓ ਦਾ ਜਿਹੜਾ ਟੌਪਿਕ ਹੈ ਇਨਪੁੱਟ ਡਿਵਾਈਸਿਸ। ਜਿਵੇਂ ਕਿ ਤੁਸੀਂ ਜਾਣਦੇ ਹੀ ਹੋ, ਕੰਪਿਊਟਰ ਵਿੱਚ ਇਨਸਟਰਕਸ਼ਨਸ ਨੂੰ ਫੀਡ ਕਰਨਾ ਪੈਂਦਾ ਹੈ ਸੋ ਦੈਟ ਉਹ ਉਸ ਦੇ ਉੱਪਰ ਪ੍ਰੋਸੈਸਿੰਗ ਕਰਕੇ ਆਪਾਂ ਨੂੰ ਆਉਟਪੁੱਟ ਪ੍ਰੋਡਿਊਸ ਕਰ ਸਕੇ। ਸੋ ਕੰਪਿਊਟਰ ਨੂੰ ਇਨਪੁੱਟ ਦੇਣ ਦੇ ਲਈ ਇਨਪੁੱਟ ਡਿਵਾਈਸਿਸ ਯੂਜ਼ ਹੁੰਦੀਆਂ ਹਨ, ਮਤਲਬ ਇਨਪੁੱਟ ਡਿਵਾਈਸ ਦੀ ਹੈਲਪ ਨਾਲ ਆਪਾਂ ਕੰਪਿਊਟਰ ਦੇ ਵਿੱਚ ਡੇਟਾ ਫੀਡ ਕਰ ਸਕਦੇ ਹਾਂ। ਉਸੇ ਤਰੀਕੇ ਨਾਲ ਜਿਹੜੀਆਂ ਆਉਟਪੁੱਟ ਡਿਵਾਈਸਿਸ ਹਨ ਉਹ ਆਪਾਂ ਨੂੰ ਜਿਹੜਾ ਪ੍ਰੋਸੈਸ ਡੇਟਾ ਹੈ ਉਹ ਆਊਟਸਾਈਡ ਵਰਲਡ ਨੂੰ ਸ਼ੋ ਕਰਨ ਲਈ ਯੂਜ਼ ਹੁੰਦੀਆਂ। ਜਿਹੜੀ ਅੱਜ ਦੀ ਵੀਡੀਓ ਦਾ ਟੌਪਿਕ ਹੈ ਉਹ ਹੈ ਇਨਪੁੱਟ ਡਿਵਾਈਸਿਸ। ਇਨਪੁੱਟ ਡਿਵਾਈਸਿਸ ਉਹ ਡਿਵਾਈਸਿਸ ਹੁੰਦੀਆਂ ਹਨ ਜਿਨ੍ਹਾਂ ਦੀ ਹੈਲਪ ਨਾਲ ਡੇਟਾ ਅਤੇ ਇੰਸਟਰਕਸ਼ਨਸ ਨੂੰ ਕੰਪਿਊਟਰ ਦੇ ਵਿੱਚ ਆਪਾਂ ਇਨਸਰਟ ਕਰਦੇ ਹਾਂ। ਜਿਹੜੀਆਂ ਇਨਪੁੱਟ ਡਿਵਾਈਸਿਸ ਨੇ ਉਹ ਕਨਵਰਟ ਕਰਦੀਆਂ ਨੇ ਡੇਟਾ ਅਤੇ ਇੰਸਟਰਕਸ਼ਨ ਨੂੰ ਬਾਈਨਰੀ ਫਾਰਮ ਦੇ ਵਿੱਚ ਜਾਂ ਮਸ਼ੀਨ ਰੀਡੇਬਲ ਫਾਰਮ ਦੇ ਵਿੱਚ, ਕਿਉਂਕਿ ਜਿਹੜਾ ਕੰਪਿਊਟਰ ਹੈ ਉਹ ਸਿਰਫ ਬਾਈਨਰੀ ਲੈਂਗੁਏਜ, ਮਸ਼ੀਨ ਲੈਂਗੁਏਜ ਜਾਂ 0-1 ਦੀ ਲੈਂਗੁਏਜ ਨੂੰ ਹੀ ਅੰਡਰਸਟੈਂਡ ਕਰਦਾ ਹੈ। ਮੋਸਟ ਆਫ ਦ ਕਾਮਨਲੀ ਯੂਜ਼ ਜਿਹੜੀ ਇਨਪੁੱਟ ਡਿਵਾਈਸ ਹੈ ਉਹ ਕੀਬੋਰਡ ਹੈ। ਜਿਹੜੀਆਂ ਅਦਰ ਇਨਪੁੱਟ ਡਿਵਾਈਸਿਸ ਹਨ ਜਿਹੜੀਆਂ ਤੁਸੀਂ ਪਰਸਨਲ ਕੰਪਿਊਟਰ ਦੇ ਨਾਲ ਅਟੈਚ ਕਰ ਸਕਦੇ ਹੋ ਜਾਂ ਜਨਰਲੀ ਜਿਹੜੀਆਂ ਯੂਜ਼ ਹੁੰਦੀਆਂ ਹਨ, ਜਿਵੇਂ ਕਿ ਮਾਊਸ ਹੈ, ਜੋਇਸਟਿਕ ਹੈ, ਟਰੈਕਬੋਲ ਹੈ, ਲਾਈਟ ਪੈਨ ਹੈ, ਟੱਚ ਸਕਰੀਨ ਹੈ, ਮੋਡਮ ਹੈ, ਸਕੈਨਰ ਹੈ, ਡਿਜੀਟਲ ਕੈਮਰਾਸ ਹੈ। ਸੋ 1 by 1 ਆਪਾਂ ਇਸ ਵੀਡੀਓ ਦੇ ਵਿੱਚ ਇਹਨਾਂ ਨੂੰ ਰੀਡ ਆਊਟ ਕਰਾਂਗੇ। ਸੋ ਫਸਟ ਪੁਆਇੰਟ ਹੈ ਕੀਬੋਰਡ। ਕੀਬੋਰਡ ਕੀ ਹੈ? ਇੱਕ ਇਨਪੁੱਟ ਡਿਵਾਈਸ ਹੈ ਜਿਹੜਾ ਕਿ ਹੈਲਪ ਕਰਦਾ ਹੈ ਆਪਾਂ ਨੂੰ ਡੇਟਾ ਔਰ ਇੰਸਟਰਕਸ਼ਨ ਨੂੰ ਕੰਪਿਊਟਰ ਦੇ ਵਿੱਚ ਇਨਸਰਟ ਕਰਨ ਲਈ। ਪੁਰਾਣੇ ਟਾਈਮ ਦੇ ਵਿੱਚ ਆਪਣੇ ਕੋਲ ਟਾਈਪਰਾਈਟਰਸ ਯੂਜ਼ ਹੁੰਦੇ ਸੀ, ਬਟ ਉਸਦਾ ਹੀ ਮਾਡਰਨ ਜਿਹੜਾ ਵੇ ਹੈ ਉਸਨੂੰ ਆਪਾਂ ਕਹਾਂਗੇ ਕੀਬੋਰਡਸ। ਅੱਜ ਦੇ ਟਾਈਮ ਦੇ ਵਿੱਚ ਮਾਰਕੀਟ ਦੇ ਵਿੱਚ ਬਹੁਤ ਤਰੀਕੇ ਦੇ ਕੀਬੋਰਡਸ ਅਵੇਲੇਬਲ ਨੇ। ਕੀਬੋਰਡਸ ਨੂੰ ਬੇਸਿਕਲੀ ਜਿਹੜੀਆਂ ਕੀਜ਼ ਨੇ ਉਸਦੇ ਕੀਬੋਰਡਸ ਦੇ ਉੱਪਰ ਜਿਹੜੀਆਂ ਕੀਜ਼ ਨੇ ਉਸਨੂੰ ਆਪਾਂ ਫਰਦਰ ਜਿਹੜਾ ਡਿਵਾਈਡ ਕਰਦੇ ਹਾਂ, ਅਲਫਾਬੈਟਿਕ ਕੀਸ ਜਿਸ ਦੇ ਵਿੱਚ ਕੈਪੀਟਲ ਏ ਟੂ ਕੈਪੀਟਲ ਜ਼ੈਡ ਐਂਡ ਸਮਾਲ ਏ ਟੂ ਜ਼ੈਡ ਆਉਂਦਾ ਹੈ। ਨੈਕਸਟ ਇਜ਼ ਨੂਮੈਰਿਕ ਕੀਸ। ਨੂਮੈਰਿਕ ਕੀਸ ਦੇ ਵਿੱਚ 0 to 9 ਕੀਜ਼ ਆਉਂਦੀਆਂ ਹਨ। ਫੰਕਸ਼ਨ ਕੀਸ। ਫੰਕਸ਼ਨ ਕੀਸ ਦੇ ਵਿੱਚ F1 to F12 ਕੀਜ਼ ਆਉਂਦੀਆਂ ਹਨ। ਨੈਕਸਟ ਵਨ ਇਜ਼ ਐਰੋ ਕੀਜ਼ ਔਰ ਡਾਇਰੈਕਸ਼ਨਲ ਕੰਟਰੋਲ ਕੀਸ, ਜਿਹੜੀਆਂ ਕਿ ਆਪਣੇ ਕੋਲ ਯੂਜ਼ ਹੁੰਦੀਆਂ ਨੇ ਲੈਫਟ ਰਾਈਟ ਅਪ ਡਾਊਨ ਮੂਵਮੈਂਟ ਦੇ ਲਈ। ਨੈਕਸਟ ਹੈ ਸਪੈਸ਼ਲ ਕੀਸ, ਜਿੰਨੇ ਵੀ ਸਿੰਬਲਸ ਹਨ, ਪਲੱਸ, ਮਾਈਨਸ, ਮਲਟੀਪਲੀਕੇਸ਼ਨ, ਡਿਵੀਜ਼ਨ, ਸੈਮੀਕੋਲਨ, ਬ੍ਰੈਕਟਸ, ਡੋਲਰ ਸਾਈਨ, ਕੁਐਸਚਨ ਮਾਰਕ, ਐਕਸੈਟਰਾ, ਆਲ ਦੀਸ ਕਮ ਅੰਡਰ ਸਪੈਸ਼ਲ ਕੀਸ। ਮਾਊਸ। ਮਾਊਸ ਇਜ਼ ਆਲਸੋ ਐਨ ਇਨਪੁੱਟ ਡਿਵਾਈਸ। ਇਸ ਨੂੰ ਆਪਾਂ ਪੁਆਇੰਟਿੰਗ ਡਿਵਾਈਸ ਵੀ ਕਹਿੰਦੇ ਹਾਂ, ਬਿਕੋਜ਼ ਜੋ ਮਾਊਸ ਹੈ ਉਹ ਆਪਾਂ ਨੂੰ ਸਿਲੈਕਸ਼ਨ ਕਰਨ ਦੇ ਉੱਪਰ, ਸਕਰੀਨ ਦੇ ਉੱਪਰ ਪੁਆਇੰਟ ਕਰਨ ਲਈ ਜਾਂ ਕੁਝ ਪੋਰਸ਼ਨ ਨੂੰ ਸਿਲੈਕਟ ਕਰਨ ਲਈ ਯੂਜ਼ ਹੁੰਦਾ ਹੈ। ਜਿਹੜੀ ਮਾਊਸ ਦੇ ਵਿੱਚ ਡਾਇਰੈਕਸ਼ਨਸ ਹੈ ਉਹ ਜਿਹੜੀਆਂ ਨੇ ਸਮਾਲ ਬਾਲ ਦੀ ਹੈਲਪ ਨਾਲ ਕੰਟਰੋਲ ਹੁੰਦੀਆਂ ਨੇ। ਵਨ ਇਜ਼ ਜੋਇਸਟਿਕ। ਜੋਇਸਟਿਕ ਜਿਹੜਾ ਹੈ ਇਸ ਨੂੰ ਵੀ ਪੁਆਇੰਟਿੰਗ ਡਿਵਾਈਸ ਕਹਿੰਦੇ ਹਨ। ਬੇਸਿਕਲੀ ਜਿੱਥੇ ਵੀ ਕੰਪਿਊਟਰ ਗੇਮਸ ਹੁੰਦੀਆਂ ਨੇ ਉੱਥੇ ਆਪਾਂ ਜੋਇਸਟਿਕ ਯੂਜ਼ ਕਰਦੇ ਹਾਂ। ਇਸ ਦੇ ਵਿੱਚ ਜਸਟ ਲਾਈਕ ਗੇਅਰ ਲੀਵਰ ਹੁੰਦਾ ਹੈ ਜਿਹੜਾ ਕਿ ਹੈਲਪ ਕਰਦਾ ਆਪਾਂ ਨੂੰ ਕਿਸੇ ਵੀ ਮੂਵਮੈਂਟ ਦੇ ਵਿੱਚ ਡਾਇਰੈਕਸ਼ਨ ਕਰਨ ਦੇ ਵਿੱਚ, ਔਰ ਲੀਵਰ ਦੀ ਹੈਲਪ ਨਾਲ ਆਪਾਂ ਜਿੰਨੇ ਵੀ ਮੂਵਮੈਂਟ ਹੈ ਪੁਆਇੰਟਰ ਦੇ ਉਸਨੂੰ ਕੰਟਰੋਲ ਕਰ ਸਕਦੇ ਹਾਂ। ਸੋ ਡਿਪੈਂਡਿੰਗ ਅਪੋਨ ਦਾ ਰਿਕੁਆਇਰਮੈਂਟ ਇੱਕ ਜੋਇਸਟਿਕ ਦੇ ਉੱਪਰ ਨੰਬਰ ਆਫ ਬਟਨਸ ਜਿਹੜੇ ਨੇ ਪਹਿਲਾਂ ਹੀ ਪ੍ਰੋਗਰਾਮਡ ਹੁੰਦੇ ਹਨ, ਲਾਈਕ ਫਾਇਰ ਕਰਨਾ ਹੈ ਤੁਸੀਂ, ਸ਼ੂਟਿੰਗ ਕਰਨਾ ਹੈ ਬੋਲ ਨੂੰ। ਸੋ ਡਿਪੈਂਡਿੰਗ ਅਪੋਨ ਦਾ ਗੇਮ ਡਿਫਰੈਂਟ ਬਟਨਸ ਆਰ ਅਵੇਲੇਬਲ ਟੂ ਕੰਟਰੋਲ ਦਾ ਡਿਫਰੈਂਟ ਐਕਟੀਵਿਟੀਜ਼ ਇਨ ਦਾ ਗੇਮ। ਨੈਕਸਟ ਪੁਆਇੰਟ ਇਜ਼ ਟਰੈਕ ਬਾਲ। ਟਰੈਕ ਬਾਲ ਇਜ਼ ਆਲਸੋ ਅ ਪੁਆਇੰਟਿੰਗ ਡਿਵਾਈਸ। ਇਸ ਦੇ ਵਿੱਚ ਜਿਹੜੀ ਬਾਲ ਹੈ ਉਹ ਰੋਟੇਟ ਹੁੰਦੀ ਹੈ ਕਿਸੇ ਵੀ ਡਾਇਰੈਕਸ਼ਨ ਦੇ ਵਿੱਚ, ਇਟ ਰੋਟੇਟਸ ਇਨ ਐਨੀ ਡਾਇਰੈਕਸ਼ਨ। ਜਿਹੜਾ ਯੂਜ਼ਰ ਹੈ ਸਪਿਨ ਕਰਦਾ ਬਾਲ ਨੂੰ ਡਿਫਰੈਂਟ ਡਾਇਰੈਕਸ਼ਨ ਦੇ ਵਿੱਚ ਸੋ ਦੈਟ ਜਿਹੜਾ ਕਰਜ਼ਰ ਹੈ ਉਹ ਮੂਵ ਹੋ ਸਕੇ ਸਕਰੀਨ ਦੇ ਉੱਪਰ। ਨੈਕਸਟ ਵਨ ਇਜ਼ ਲਾਈਟ ਪੈਨ। ਲਾਈਟ ਪੈਨ ਇਜ਼ ਆਲਸੋ ਅ ਪੁਆਇੰਟਿੰਗ ਡਿਵਾਈਸ। ਸਕਰੀਨ ਦੇ ਉੱਪਰ ਕਿਸੇ ਵੀ ਪੋਰਸ਼ਨ ਨੂੰ ਸਿਲੈਕਟ ਕਰਨ ਦੇ ਲਈ ਆਪਾਂ ਲਾਈਟ ਪੈਨ ਯੂਜ਼ ਕਰਦੇ ਹਾਂ। ਸਕਰੀਨ ਦੇ ਉੱਪਰ ਕਿਸੇ ਵੀ ਤਰੀਕੇ ਦੇ ਤੁਸੀਂ ਫਿਗਰਸ ਡਰਾ ਕਰਨੀਆਂ ਹਨ ਜਾਂ ਮੂਵ ਕਰਨਾ ਫਿਗਰਸ ਨੂੰ ਤਾਂ ਉਸਦੇ ਲਈ ਆਪਾਂ ਲਾਈਟ ਪੈਨ ਯੂਜ਼ ਕਰ ਸਕਦੇ ਹਾਂ। ਜਦੋਂ ਵੀ ਲਾਈਟ ਪੈਨ ਦੀ ਟਿਪ ਜਿਹੜੀ ਹੈ ਉਹ ਸਕਰੀਨ ਦੇ ਉੱਪਰ ਟੱਚ ਹੁੰਦੀ ਹੈ ਤਾਂ ਉਹਦੇ ਸੈਂਸਰਸ ਨੇ ਉਸਦੇ ਅਕੋਰਡਿੰਗਲੀ ਜਿਹੜਾ ਹੈ ਉਹ ਸਕਰੀਨ ਦੇ ਉੱਪਰ ਮੂਵਮੈਂਟ ਸ਼ੋ ਕਰ ਦਿੰਦੇ ਹਨ। ਨੈਕਸਟ ਵਨ ਇਜ਼ ਵਾਇਸ ਇਨਪੁੱਟ ਡਿਵਾਈਸਿਸ। ਬੇਸਿਕਲੀ ਤੁਹਾਡੀ ਵੋਇਸ ਨੂੰ ਰਿਕੋਗਨਾਈਜ਼ ਕਰਨਾ ਔਰ ਟਰਾਂਸਲੇਟ ਕਰਨਾ ਉਹਨੂੰ ਟੈਕਸਟ ਦੇ ਵਿੱਚ, ਯੂਜ਼ਿੰਗ ਵੋਇਸ ਰਿਕੋਗਨਾਈਜੇਸ਼ਨ ਸਿਸਟਮ। ਮੋਸਟਲੀ ਜਿਹੜੇ ਵੋਇਸ ਰਿਕੋਗਨਾਈਜੇਸ਼ਨ ਸਿਸਟਮਸ ਨੇ ਉਹ ਸਪੀਕਰ ਡਿਪੈਂਡੈਂਟ ਹੁੰਦੇ ਹਨ।
इंडिविजुअल यूजर्स की आवाज़ लिए ट्रेंड होंगे। सो डिपेंडिंग अपॉन द डेटाबेस जिन्ना भी वर्ड्स हैं उन्होंने रिकोगनाइज करने लिए आप वॉयस इनपुट सिस्टम या वॉयस रिकोगनाइजेशन सिस्टम्स यूज करते हैं। नेक्स्ट वन इज टच स्क्रीन। टच स्क्रीन बेसिकली की है, स्क्रीन के उपर टच एरिया अवेलेबल होंगे है, तुसी अपनी फिंगर्स की हेल्प नाल कमांड नू इशू कर सकते हो। जस्ट लाइक एटीएम मशीनस ने भी अजकल टच स्क्रीन आदि ने, एलईडी स्क्रीनस ने भी टच स्क्रीन आते, मोबाइल की जी स्क्रीन भी टच। नेक्स्ट वन इज डिजिटाइजर। बेसिकली फॉर कन्वर्टिंग टू और थ्री डिमेंशनल ग्राफिक इनपुट्स सच एज चार्ट, ग्राफ्स या ब्लू प्रिंट्स इन टू डिजिटल फॉर्म सो दैट इट कैन बी मैन्यूपुलेटेड और स्टोर्ड बाय द कंप्यूटर। तो जिन्हें भी 2D और 3D ग्राफ चार्ट्स होंगे ब्लू प्रिंट्स होंगे उसनों डिजिटल फॉर्म के कन्वर्ट करने लिए अपने को यूज होंगे है। नैक्सट वन इज स्कैनर। जिमें थोनू पता ही है एक इनपुट डिवाइस है और ये इनफॉर्मेशन डायरैक्टली कंप्यूटर के स्कैन करके उसनों इमेज के शो करता है। स्कैनर जोड़े हैं वो अपने को कई तरीके होंगे, जिमें ऑप्टिकल स्कैनर है, OCR है ऑप्टिकल करैक्टर रीडर्स होंदा है, या OMR है जिस दे विच तुहाडियां OMR शीट्स रीड होंदियां हन, ऑप्टिकल बारकोड रीडर होंदा है, या MICR जिस दे विच मैगनैटिक इंक करैक्टर रिकोगनाइजेशन जिस दे विच बैंक जिहड़े ने यूज करते हैं थोड़े चैक नू रीड आउट। सो ये बेसिक इनपुट डिवाइसिज हैं, या किसी भी टॉपिक दे विच तुहानू कोई प्रॉब्लम है तो तुसी कमेंट सैक्शन दे विच जाके मैनू दस सकते हो।